ਹਾਂਜੀ ਸਰ, ਕਿੱਥੋਂ ਆਏ ਹੋ ਤੁਸੀਂ? ਮੋਗੇ ਤੋਂ ਆਏ ਅਸੀਂ ਬੇਟੇ, ਅਸੀਂ ਇਹ ਵੀ ਚਾਹੁੰਦੇ ਹਾਂ ਤੁਹਾਡੇ ਸਾਰੇ ਇਸ ਚੈਨਲ ਵਾਲਿਆਂ ਦੇ ਬਹੁਤ ਧੰਨਵਾਦੀ ਹਾਂ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਤੇ ਇਨ ਫਿਊਚਰ ਅਸੀਂ ਜਦੋਂ ਵੀ ਸਾਡਾ ਅਸੀਂ ਮਹੀਨੇ ਬਾਅਦ ਜਾਂ ਕੁਛ ਵੀ ਹੈਗਾ, ਅਸੀਂ ਜੋ ਪਰਮਾਤਮਾ ਸਾਡੇ ਤੋਂ ਯੋਗਦਾਨ ਕਰਾਊਗਾ ਉਹ ਅਸੀਂ ਇਹਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਸਦਕੇ ਕਰਿਆ ਕਰਾਂਗੇ। ਅਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਤੁਸੀਂ ਇਹਨਾਂ ਨੂੰ ਬੇਜ਼ਬਾਨਿਆਂ ਨੂੰ ਆਪਣੇ ਕੋਲ ਰੱਖਣ ਦਾ ਸਹਾਰਾ ਬਣਾਇਆ ਹੋਇਆ। ਸਰ, ਇੱਥੇ ਦਾ ਐਡਰੈਸ ਕਿਹਨੇ ਦਿੱਤਾ ਤੁਹਾਨੂੰ? ਹਾਂਜੀ, ਇੱਥੇ ਦਾ ਐਡਰੈਸ ਅਸੀਂ ਉਹਦੇ 'ਤੇ ਯੂਟਿਊਬ 'ਤੇ ਵੇਖਿਆ ਸੀਗਾ, ਉਹਦੇ ਤੋਂ ਵੇਖ ਕੇ ਅਸੀਂ, ਅਤੇ ਇੱਕ ਸਾਨੂੰ ਹੋਰ ਇਹਦੇ ਬਾਰੇ ਸਾਨੂੰ ਉਹਨਾਂ ਨੇ ਦੱਸਿਆ ਸੀਗਾ, ਅਸੀਂ ਮਨੁੱਖਤਾ ਦੀ ਸੇਵਾ ਦਾ ਕੇਂਦਰ ਹੈ ਨਾ ਜਿਹੜਾ, ਮਨੁੱਖਤਾ ਸੇਵਾ ਕੇਂਦਰ, ਉੱਥੇ ਗਏ ਸੀ ਉਹ ਭਾਅ ਜੀ ਗੁਰਪ੍ਰੀਤ ਸਿੰਘ ਹੋਣਾਂ ਨੇ, ਅਸੀਂ ਉਹਨਾਂ ਨਾਲ ਗੱਲ ਕੀਤੀ ਸੀਗੀ ਵੀ ਇਸ ਤਰ੍ਹਾਂ ਵੀ ਸਾਡੇ ਡੋਗ ਹੈਗੇ, ਉਹਨਾਂ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ, ਕਿਸੇ ਨੂੰ ਹੋਰ ਪ੍ਰੋਬਲਮ ਹੈਗੀ ਆ, ਇਸ ਕਰਕੇ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਮੈਡਮ ਪੂਜਾ ਜੀ ਨਾਲ ਗੱਲ ਕਰਿਓ ਅਤੇ ਉਹ ਤੁਹਾਡੀ ਜ਼ਰੂਰ ਹੈਲਪ ਕਰਨਗੇ। ਅਤੇ ਅਸੀਂ ਉਹਨਾਂ ਦੇ 'ਤੇ ਇੱਕ ਯੂਟਿਊਬ 'ਤੇ ਵੇਖ ਕੇ ਤੁਹਾਡੇ ਨਾਲ ਗੱਲ ਕੀਤੀ, ਜਿਸ ਕਰਕੇ ਸਾਡਾ ਤੁਸੀਂ ਇਹਨਾਂ ਦਾ ਵਿਚਾਰਾਂ ਦਾ ਜ਼ਰੀਆ ਬਣ।